ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਵਿੱਚ ਸਥਿਤ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਦੁਰਗਿਆਣਾ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਵੱਲੋਂ ਜੋ ਉਨ੍ਹਾਂ ਨੂੰ ਜਿਤਾ ਕੇ ਮਾਣ ਬਖਸ਼ਿਆ ਗਿਆ ਹੈ ਉਸ ਦੇ ਉਹ ਬਹੁਤ ਧੰਨਵਾਦੀ ਹਨ। ਇਸ ਤੋਂ ਬਾਅਦ ਗੁਰਜੀਤ ਔਜਲਾ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਵੀ ਲਿਆ। ਪ੍ਰਾਰਥਨਾ ਕੀਤੀ ਹੈ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਮੇਰ ਭਰਿਆ ਹੱਥ ਰੱਖੋ ਅਤੇ ਕੰਮ ਕਾਰ ਜਿਹੜੇ ਕਰਨ ਵਾਸਤੇ ਹਿੰਮਤ ਜਿਹੜੀ ਆ ਬਲ ਬਖਸ਼ੀ ਪਰਮਾਤਮਾ ਮੇਰੇ ਇਹੀ ਅਰਦਾਸ ਆ। ਸਰ ਦੁਰਗਿਆਣਾ ਕਮੇਟੀ ਸੁਸਾਇਟੀ ਵਾਸਤੇ ਕੀ ਕਰ ਰਹੇ ਸੀ? ਜੋ ਸੁਸਾਇਟੀ ਦੇ ਨਾਲ ਹੈ, ਜੋ ਸੁਸਾਇਟੀ ਹੁਕਮ ਕਰੇਗੀ ਸੁਸਾਇਟੀ ਦੇ ਨਾਲ ਅੱਗੇ ਵੀ ਹੈ ਸਾਰੇ ਮੇਰੇ ਦੱਤੀ ਸਾਹਿਬ ਬੈਠੇ ਨੇ, ਕਾਂਗਰਸ ਸਾਹਿਬ ਨੇ, ਦੀਪ ਜੀ ਸੋਨੂੰ ਜੀ ਨੇ, ਮਮਤਾ ਜੀ, ਸਰਦਾਰ ਜੀ, ਪ੍ਰਧਾਨ ਸਾਹਿਬ, ਜੋ ਇਹ ਫੈਸਲਾ ਕਰਨਗੇ ਮੈਂ ਤਾਂ ਇਹਨਾਂ ਦੇ ਨਾਲ ਹੈ ਜੋ ਹੁਕਮ ਕਰਨਗੇ। ਸਰ ਅਕਾਲੀ ਭਾਜਪਾ ਸਰਕਾਰ ਵੇਲੇ ਕਾਫੀ ਇਹਨਾਂ ਨੂੰ ਫੰਡ ਆਇਆ, ਤੁਹਾਡੇ ਵੱਲੋਂ ਕੋਈ ਹੁਣ ਮੰਤਰੀ ਸਾਹਿਬ ਕਰਕੇ ਗਏ 900 ਤੋਂ ਵੀ ਜਿਹੜਾ ਇਹਨਾਂ ਨੇ ਕਹਿਣਗੇ ਹੋਊਗੇ ਕੰਮ? ਹੁਣ ਤੁਸੀਂ ਐਮ ਪੀ ਬਣੇ, ਹੁਣ ਆਪਣੇ ਤੌਰ 'ਤੇ ਕੋਈ ਐਕਸਟਰਾ ਇਹਨਾਂ ਵਾਸਤੇ ਐਕਸਟਰਾ? ਦੇਖੋ ਮੇਰਾ ਫੰਡ ਵੀ ਇਹਨਾਂ ਦਾ ਫੰਡ ਆ, ਮੈਂ ਪਹਿਲੀ ਫੰਡ ਦੇ ਰਿਹਾ ਗੁਰੂ ਨਾਨਕ ਦੇਵ ਹੋਸਪਿਟਲ ਦੇ ਉੱਤੇ ਕੰਮ ਖਰਚ ਕਰ ਰਹੇ ਹਾਂ ਜੀ 2.5 ਕਰੋੜ ਆ, ਔਰ ਇੱਦਾਂ ਦਾ ਜਿਹੜਾ ਫੰਡ ਸੀ ਐਮ ਸਾਹਿਬ ਕਹਿ ਕੇ ਕਿ ਜਿਹੜੀ ਹੋਰ ਕਮੀ ਆਉਂਦੀ ਹੋਊਗੀ ਅਸੀਂ ਠੀਕ ਕਰਾਂਗੇ, ਉੱਥੇ ਵੀ ਫੰਡ ਅਸੀਂ ਦੇਵਾਂਗੇ ਜਿੱਥੇ ਮੇਰੇ ਐਮ ਪੀ ਲੜਦਾ ਹੋਊਗਾ ਕੋਈ ਕਰਨ ਵਾਲਾ ਕੰਮ ਨਹੀਂ ਕਰਵਾ ਕੇ। ਸਰ ਹਰਦੀਪਪੁਰੀ ਬਾਰੇ ਜਿਨ੍ਹਾਂ ਨੇ ਹਰਦੀਪਪੁਰੀ ਜੀ ਨੂੰ ਵੀ ਵੋਟ ਪਾਈ ਆ, ਮੈਂ ਮੇਰੀ ਜ਼ਿੰਮੇਵਾਰੀ ਆ ਉਹਨਾਂ ਦੇ ਕੰਮ ਵੀ ਕਰਨ ਦੀ, ਮੈਂ ਸਾਰਿਆਂ ਦਾ ਐਮ ਪੀ ਹਾਂ ਕਿਸੇ ਇੱਕ ਤਾਂ ਨਹੀਂ, ਪਰ ਪੁਰੀ ਸਾਹਿਬ ਕੋਲ ਬੇਨਤੀ ਕਰੂੰਗਾ ਵੀ ਜਿਨ੍ਹਾਂ ਉਹਨੂੰ ਵੋਟ ਪਾਈ ਆ ਉਹਨਾਂ ਦੇ ਵੀ ਕੋਈ ਆਸ ਉਮੀਦ ਨਾ ਹੁੰਦੀ ਆ, ਅਸੀਂ ਸਾਰੇ ਰਲ ਕੇ ਸ਼ਹਿਰ ਦਾ ਵਿਕਾਸ ਕਰਾਂਗੇ। ਭਗਵਾਨ ਵਾਲਮੀਕਿ ਮੰਦਿਰ ਦੇ ਵਿੱਚ ਸ਼ੁਕਰਾਨਾ ਕਰਨ ਆਏ ਹਾਂ ਕਿਉਂਕਿ ਗੁਰੂ ਮਹਾਰਾਜ ਨੇ ਬਹੁਤ ਮਿਹਰ ਕੀਤੀ ਹੈ ਔਰ ਪਰਮਾਤਮਾ ਨੇ ਜਿੱਤ ਬਖਸ਼ੀ ਹੈ ਔਰ ਸਭਨਾਂ ਨੇ ਰਲ ਕੇ ਇਸ ਮੁਕਾਮ ਤੱਕ ਪਹੁੰਚਾਇਆ ਹੈ ਔਰ ਇਸ ਸਮਾਜ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ। ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਔਰ ਸ਼ੁਕਰਾਨੇ ਦੀ ਜਿਹੜੀ ਅਰਦਾਸ ਆ ਉਹ ਸਾਡੇ ਪ੍ਰਧਾਨ ਸਾਹਿਬ ਔਰ ਚੇਅਰਮੈਨ ਸਾਹਿਬ ਨੇ ਕੀਤੀ, ਇਹਨਾਂ ਦੀ ਸਮੁੱਚੀ ਸੰਗਤ ਨੇ, ਔਰ ਮੈਂ ਇਹੀ ਅਰਦਾਸ ਕਰਕੇ ਆਇਆ ਕਿ ਪਰਮਾਤਮਾ ਮਿਹਰ ਬਖਸ਼ੇ ਕਿ ਜੋ ਵੀ ਕੰਮ ਨੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੀ ਲੋਕ ਭਲਾਈ ਵਾਸਤੇ ਕਰ ਸਕਦਾ ਹੋਵਾਂ ਉਹਦੇ ਵਾਸਤੇ ਆਸ਼ੀਰਵਾਦ ਹਮੇਸ਼ਾ ਹੀ ਮੇਰੇ ਪਿੰਡ 'ਤੇ।